ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਹਾਨ ਦੀਨਾ ਬੰਦੂ ਭਗਤ ਵਚਨ ਆਪ ਪਰਮੇਸ਼ਰ ਨੇ ਗੁਰੂ ਗੁਰੂ ਨਾਨਕ ਰੂਪ ਧਾਰ ਕੇ ਆ ਜਿਹੜਾ ਸਮਾਂ ਲੰਘ ਰਿਹਾ ਹੈ ਇਹਨੂੰ ਕਾਲ ਯੁਗ ਤੋਂ ਸਤਜੁਗ ਵਿੱਚ ਬਦਲਿਆ ਹੈ ਭਾਵ ਕੀ ਕਾਲ ਯੁਗ ਦੇ ਅੰਦਰ ਸਤਜੁਗ ਵਰਤਾ ਦਿੱਤਾ ਆਪ ਜੀ ਨੇ ਉਹ ਕਿਵੇਂ satsang ji ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਇਸੇ ਤਰ੍ਹਾਂ ਦਸਮ ਗੁਰੂ ਗ੍ਰੰਥ ਸਾਹਿਬ ਵੀ ਸਤ ਸੰਗਤ ਜੀ ਹੈ ਜੀਨੂੰ ਆਪਾਂ ਗੁਰੂ ਕਰਕੇ ਨਹੀਂ ਕਦੇ ਪ੍ਰਚਾਰਿਆ ਇਉਂ ਜ਼ਰੂਰ ਸੁਣੀ ਜਾਂਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਜੇ ਭਾਈ ਬਾਣੀ ਗੁਰੂ ਹੈ ਤਾਂ ਜਾਪ ਸਾਹਿਬ ਵੀ ਬਾਣੀ ਹੋਈ ਹੈ ਉਹ ਵੀ ਗੁਰੂ ਹੀ ਹੋਣਾ ਚਾਹੀਏ ਜੋ ਪੈ ਸਵਈਏ ਉਹ ਨਹੀਂ ਗੁਰਬਾਣੀ ਸੋਠ ਰਾਗ ਦੇ ਅੰਦਰ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮਹਾਰਾਜ ਦੇ ਬਚਨ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਸਤਾਰ ਜੇ ਭਾਈ ਗੁਰਬਾਣੀ ਗੁਰੂ ਹੈ ਤਾਂ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਗੁਰੂ ਹੀ ਹੈ ਉਸ ਤੋਂ ਸਤ ਸੰਗਤ ਜੀ ਅੱਗੇ ਲੱਚੀਏ ਵਿਚਾਰ ਤੀਜੇ ਨੰਬਰ ਤੇ ਸਰਬਲੋਹ ਗ੍ਰੰਥ ਹੈ ਇੱਕ ਜੋ ਦਸਵੇਂ ਪਾਤਸ਼ਾਹ ਨੇ ਸਤ ਸੰਗਤ ਜੀ ਹਜ਼ੂਰ ਸਾਹਿਬ ਉਚਾਰਨ ਕੀਤਾ ਹੈ ਕੁਝ ਐਸੀ ਬਾਣੀ ਹੈ ਦਸਮ ਗ੍ਰੰਥ ਦੇ ਅੰਦਰ ਵੀ ਸਰਬਲੋਹ ਦੇ ਅੰਦਰ ਵੀ ਮਹਾਰਾਜ ਜੀ ਨੇ ਸਤ ਸੰਗਤ ਜੀ ਭਾਸ਼ਾ ਵਿੱਚ ਕੀਤੀ ਹੈ ਇਸੇ ਤਰ੍ਹਾਂ ਆਦ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਤ ਸੰਗਤ ਜੀ ਜਦੋਂ ਆਪਾਂ ਪੜਚੋਲਦੇ ਆਂ ਭਾਵਨਾ ਦੇ ਨਾਲ ਜਿੰਨਾ ਉਪਦੇਸ਼ ਹੈ ਇਹ ਤਾਂ ਪਹਿਲਾਂ ਵੀ ਸੀ ਗੁਰਬਾਣੀ ਹੈ ਜਿਹੜੀ ਇਹਦਾ ਸਤ ਸੰਗਤ ਜੀ ਸਿਧਾਂਤ ਨਿਚੋੜ ਤਾਤ ਪਰਜ ਇਹ ਹੈ ਜੇ ਕੋਈ ਪੁੱਛੇ ਚੇਤੇ ਰੱਖਣਾ ਚਾਹੀਏ ਕੀ ਦੱਸਦੀ ਹੈ ਗੁਰਬਾਣੀ ਗੁਰਬਾਣੀ ਦਾ ਵਿਸ਼ਾ ਕੀ ਹੈ ਗੁਰਬਾਣੀ ਸਤਸੰਗ ਜੀ ਆਪਣੇ ਸਰੂਪ ਨੂੰ ਦੱਸਦੀ ਹੈ ਵੀ ਤੂੰ ਕੀ ਹੈ ਆਪਾਂ ਨੂੰ ਦੱਸ ਕੇ ਫਿਰ ਨਾਲੇ ਦੱਸ ਦਿੰਦੀ ਹੈ ਕਿ ਪਰਮੇਸ਼ਰ ਕਿਹਾ ਜਿਆ ਹੈ ਔਰ ਕਿੰਨੇ ਰੂਪ ਨੇ ਉਸ ਦੇ ਕਿਹਾ ਜਾ ਹੈ ਤੇ ਕਿੱਥੇ ਰਹਿੰਦਾ ਹੈ ਕਿਹਾ ਜਾ ਉਹਦਾ ਸੁਭਾਅ ਨਿਰਗੁਣ ਕੈ ਸਰੂਪ ਵੀ ਹੈ ਸਰਗੁਣ ਵੀ ਹੈ ਸ਼ਬਦ ਰੂਪ ਵੀ ਹੈ ਫਿਰ ਦੂਜੀ ਆਪਣੀ ਇੱਛਾ ਹੈ ਕਿ ਉਹਦੇ ਵਿੱਚ ਮਿਲਣ ਦੀ ਜਿੰਨੇ ਜਿਹੇ ਆਸੂ ਸੰਗਤ ਚਾਉਂਦੇ ਆ ਸਭ ਦੇ ਮਨ ਵਿੱਚ ਹੈ ਵੀ ਪਰਮੇਸ਼ਰ ਨਾਲ ਮਿਲ ਜੀਏ ਜੰਮਣ ਮਰਨੋਂ ਚੱਕਿਆ ਜਾਵੇ ਦੁੱਖਾਂ ਤੋਂ ਛੁੱਟ ਜਾਈਏ ਆਪਾਂ ਨੂੰ ਇੱਛਾ ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਦੱਸ ਕੇ ਤੇ ਆਪਣਾ ਸਰੂਪ ਦੱਸ ਕੇ ਜੁਗਤੀ ਦੱਸਦੀ ਹੈ ਕਿ ਆਪਾਂ ਮਿਲਾਂਗੇ ਕਿਵੇਂ ਵਾਹਿਗੁਰੂ ਵਿੱਚ ਭਗਤੀ ਦੇ ਵਿੱਚ ਲਾ ਦਿੰਦੀ ਹੈ ਇਹ ਗੁਰਬਾਣੀ ਦਾ ਵਿਸ਼ਾ ਹੈ ਗੁਰਬਾਣੀ satsang ji ਕਿਤੇ ਵੀ ਆਪਾਂ ਜਾਈਏ ਦੁਕਾਨ ਦੇ ਉੱਤੇ ਮੂਹਰੇ ਉੱਤੇ ਕਿਉਂ ਲਿਖਿਆ ਹੁੰਦਾ ਹੈ ਉੱਥੇ ਲਿਖਿਆ ਹੁੰਦਾ ਕਿ ਐਸੇ ਆ ਚੀਜ਼ ਮਿਲਦੀ ਹੈ ਆ ਚੀਜ਼ ਮਿਲਦੀ ਹੈ ਆ ਚੀਜ਼ ਮਿਲਦੀ ਹੈ ਜੇ ਸ਼ਰਾਬ ਦੀ ਦੁਕਾਨ ਤੋਂ ਗੋਭੀ ਖਰੀਦਣ ਚਲਿਆ ਜਾਵੇ ਉਹ ਕਹਿੰਦੇ ਤੈਨੂੰ ਦੀਂਦਾ ਨਹੀਂ ਇੱਥੇ ਥੋੜੋ ਗੋਭੀ ਮਿਲਣੀ ਹੈ ਸਬਜ਼ੀ ਵਾਲੀ ਦੁਕਾਨ ਤੋਂ ਸੋਨਾ ਨਹੀਂ ਮਿਲਦਾ ਇਸੇ ਤਰ੍ਹਾਂ ਸਾਧ ਸੰਗਿਆ ਗੁਰਨਾਨਕ ਦੇਵ ਜੀ ਦੇ ਹੱਟ ਦੇ ਅੰਦਰ ਜੋ ਜੋ ਚਿਤਵ ਲੈਂਦਾ ਉਹੀ ਵਸਤੂਆਂ ਪ੍ਰਾਪਤ ਹੁੰਦੀਆਂ ਭਾਵੇਂ ਪਰ ਇਹ ਵੀ ਸਾਰੇ ਲੋਕ ਕਹਿੰਦੇ ਨੇ ਜੇ ਕਿਸੇ ਨੂੰ ਸੱਚ ਜੀ سونے ਦਾ ਲਾਭ ਪ੍ਰਾਪਤ ਹੁੰਦਾ ਹੋਵੇ ਉਹ ਚਾਂਦੀ ਦੇ ਉੱਤੇ ਨਹੀਂ ਭਤੀਜਦਾ ਜੇ ਕਿਸੇ ਦੇ ਹੱਥ ਵਿੱਚ ਹੀਰੇ ਜਵਾਹਰਾ ਤਾ ਜਾਣ ਉਹਨੂੰ ਕਹਦੇ ਵੀ ਤੂੰ ਆ ਸੋਨਾ ਲੈ ਜਾ ਜੇ ਲੈ ਜਾਵੇਗਾ ਕਹਿਣਗੇ ਵੀ ਤੂੰ ਸੋਨਾ ਲਿਆਇਆ ਤਾਂ ਕੀ ਲਿਆਇਆ ਜੇ ਨਾ ਮਿਲਦੇ ਹੁੰਦੇ ਹੀਰੇ ਜਵਾਰਾ ਤਾ ਤਾ ਤੂੰ ਸੁਤੇਰਾ ਸੋਨਾ ਦੇਉਣਾ ਤੂੰ ਸਫਲਾ ਸੀ ਹੁਣ ਤਾਂ ਤੂੰ ਘਾਟੇ ਚ ਆਇਆ ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰਬਾਣੀ ਹੈ ਜਿਹੜੀ ਸਾਡੇ ਰੋਗ ਸੋਗ ਵੀ ਮਿਟਦੀ ਹੈ ਸਾਨੂੰ ਪਦਾਰਥ ਵੀ ਦਿੰਦੀ ਹੈ ਜੇ ਗੁਰਬਾਣੀ ਦੇ ਨੇੜੇ ਹੋ ਕੇ ਪਦਾਰਥੀ ਮੰਗੇ ਤਾਂ ਕੀ ਮੰਗਿਆ ਸਭ ਤੋਂ ਅਮੋਲਕ ਸਾਧ ਸੰਗਤ ਜੀ ਹੀਰਾ ਹਰੀ ਦਾ ਨਾਮ ਹੈ ਮੁਕਤੀ ਰੋਪੀ ਮੋਤੀ ਮਹਾਰਾਜ ਦੀ ਗੁਰਬਾਣੀ ਬਖਸ਼ਣਾ ਕਰਦੀ ਹੈ ਐਸੀ ਅਮਰਤਮਈ ਬਾਣੀ ਦਾ ਜਿਹੜਾ ਸਿਧਾਂਤ ਹੈ ਇਹ ਵੇਦਾਂ ਦੇ ਅੰਦਰ ਵੀ ਪਹਿਲਾਂ ਸੀਗਾ ਸਤਗੁਣਾ ਨੇ satsang ਜੀ ਭਾਸ਼ਾ ਦੇ ਅੰਦਰ ਉਪਦੇਸ਼ ਦੇ ਕਰਕੇ ਉਸੇ ਉਪਦੇਸ਼ ਨੂੰ ਜਿਹੜਾ ਸੰਸਕ੍ਰਿਤ ਵਿੱਚ ਸੀ ਸਰਲਤਾ ਦੇ ਸਹਿਤ ਆਪਾਂ ਨੂੰ ਬਖਸ਼ ਦਿੰਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਹੋਰ ਵੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਬڑے-ਬڑے ਪ੍ਰਾਣੇ ਸਾਹਿਤਨਾ ਦੇ ਉਹ ਲੱਥੇ ਮਹਾਰਾਏ ਨੇ ਆਪਣੀ ਭਾਸ਼ਾ ਵਿੱਚ ਕੀਤੇ ਹੋਏ ਖਾਲਸੇ ਦੇ ਬੋਧ ਵਾਸਤੇ ਉਪਦੇਸ਼ ਤਾਂ ਜਦੋਂ ਦੀ ਸਤ ਸੰਜੀਤ ਸੇਸ਼ਟੀ ਰਚੀ ਹੈ ਵਾਹਿਗੁਰੂ ਨੇ ਵਾਹਿਗੁਰੂ ਦਾ ਭਾਈ ਉਹੀ ਹੈ ਜਿਹਨੇ ਗੁਰਨਾਨਕ ਰੂਪ ਧਾਰਿਆ ਮੈਨੂੰ ਸਤ ਸੰਗਤ ਜੀ ਇਧਰ ਨੂੰ ਵਿਚਾਰ ਕਰਨ ਦੀ ਤਾਂ ਲੋੜ ਪਈ ਸਰਬ ਲੋਧ ਦੇ ਅੰਦਰ ਪੰਕਤੀ ਆਉਂਦੀ ਆ ਕਲਪ ਕਲਪ ਪਰ ਅਕਸ਼ਰ ਸਹੀ ਸ੍ਰੀ ਗੁਰੂ ਨਾਨਕ ਜਾਪਿਓ ਸਹੀ ਇਹ ਪੰਕਤੀਆਂ ਹੋਣੀਆਂ ਗੁਰਬਾਣੀ ਆਦ ਗੁਰੂ ਗ੍ਰੰਥ ਸਾਹਿਬ ਚਾਉਂਦਾ ਤੁਸੀਂ ਸੁਣਿਆ ਵੀ ਹੋ ਪਾਠੀ ਸਿੰਘਾਂ ਨੇ ਪੜ੍ਹਿਆ ਵੀ ਮਾਰੂ ਸੋਹਣਿਆਂ ਦੇ ਅੰਦਰ 36 ਜੁਗ ਬਤੈ ਗੋਵਾਰ ਤਾੜੀ ਲਾਈ ਅਪਰਿ ਅਪਾਰ ਧੁੰਦੂ ਕਾਰਨਾਂ ਨੂੰ ਬੈਠਾ ਨਾ ਤਾਂ ਧੰਦ ਪਸਾਰਾ ਹੈ ਕਹਿੰਦੇ ਉਦੋਂ ਕੋਈ ਧੰਦਿਆਂ ਦਾ ਪਸਾਰਾ ਨਹੀਂ ਸੀ ਨਾ ਚੰਦ ਨਾ ਸੂਰਜ ਕੋਈ ਪਾਉਣ ਨਾ ਪਾਣੀ ਕੁਝ ਨਹੀਂ ਸੀ ਮਾਇਆ ਦਾ ਭਾਵ ਸੀ 36 ਯੁਗ ਨੇ ਰੁਗਵਾਰ ਵਰਤਿਆ ਕਲਪ ਨੌ ਯੁਗ ਨੂੰ ਕਹਿੰਦੇ ਨੌ-ਨੌ ਯੁਗ ਕੱਲੇ-ਕੱਲੇ ਅਕਸ਼ਰ ਦਾ ਜਾਪ ਕੀਤਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਹ ਮੰਤਰ ਪ੍ਰਭ ਖਾਲਸੇ ਦੀਨਾ ਉਹ ਮੰਤਰ ਵਾਹਿਗੁਰੂ ਖਾਲਸੇ ਨੂੰ ਬਖਸ਼ਾ ਕੀਤੇ ਆ ਤੋਣਿਆ ਟਾਮਣਾ ਵਾਲਿਆਂ ਨੂੰ ਪੁੱਛੋ ਮੰਤਰਾਂ ਜੰਤਰਾਾਂ ਵਾਲਿਆਂ ਨੂੰ ਜੇ ਕਿਸੇ ਦੇ ਸੱਪ ਲੜ ਜੇ ਕਹਿੰਦੇ ਵੀ ਫਲਾਣੇ ਤੋਂ ਹਥੌੜਾ ਕਰਾਇਆ ਆਰਾਮ ਆ ਜਾਂਦਾ ਝੂਠ ਬਾਤ ਨਹੀਂ ਆ ਜਾਂਦਾ ਉਹ ਜਿਹੜੇ ਮੰਤਰ ਨੇ ਉਹਨਾਂ ਦਾ ਅਰਥ ਵੀ ਕੋਈ ਨਹੀਂ ਅੱਖਰ ਜੋੜ ਕੇ ਸਿੱਧ ਕੀਤੇ ਹੋਏ ਨੇ ਉਹਨਾਂ ਨੂੰ ਸਿੱਧ ਕਰਨਾ ਪੈਂਦਾ ਗ੍ਰਹਿਣ ਵਾਲੀ ਰਾਤ ਮੱਸੀਆਦੀ ਰਾਤ ਰਾਤ ਨੂੰ satsangat ji ਨੇਰੀ ਰਾਤ ਜਾ ਕੇ ਕਿਤੇ ਪਾਣੀ ਦੇ ਕਿਨਾਰੇ ਉਹਨਾਂ ਨੂੰ 11 ਵੇਰੀ ਪੜ ਕੇ ਰਟਣਾ ਤਾਂ ਜਦੋਂ ਉਹ ਪੜਦੇ ਨੇ ਫਿਰ ਉਹ ਸਫਲਾ ਹੋ ਜਾਂਦਾ ਉਦੋਂ ਆਪਾਂ ਨੂੰ ਦੱਸਦੀ ਆਪਾਂ ਆਪਾਂ ਪੜੀਏ ਕੋ ਗੁੰਨਦੇ ਕੱਖ ਨਹੀਂ ਇਸ ਤਰ੍ਹਾਂ ਗੁਰਬਾਣੀ satsangat ji ਸਦ ਕਰਨੀ ਪੈਂਦੀ ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇੰਨਾ ਭਾਰੀ ਤਪ ਕੀਤਾ ਇਹ ਤਾਂ ਸੀ ਨਿਰਾਕਾਰ ਅਵਸਥਾ ਸੀ ਜਦੋਂ ਧੰਦੂਕਾਰ ਵਰਤ ਰਿਹਾ ਸੀ 36 ਯੁਗ ਜਦੋਂ ਗੁਰਨਾਨਕ ਰੂਪ ਆਪਾਂ ਨੂੰ ਸਾਖਿਆਤ ਸਾਹਮਣੇ ਦਰਸ਼ਨ ਹੋਏ ਉਹਨਾਂ ਵੀ ਭਾਈ ਗੁਰਦਾਸ ਨੇ ਅਗਵਾਹੀ ਦਿੱਤੀ ਆ ਬੇਲੇ ਨਹੀਂ ਬੈਠੇ ਸਿਕ ਛਣ ਵੀ ਜਿਹੜਾ ਸਤਸੰਗ ਜੀ ਆਪਾਂ ਨੂੰ ਅਗਿਆਨਤਾ ਹੈ ਕਿ ਸਾਧੂ ਬੇਲੇ ਰਹੇ ਲੇਕਿਨ ਜਿੰਨਾ ਗ੍ਰਸਥ ਸੰਗੀ ਸਾਧੂ ਨੂੰ ਕਮ ਹੈ ਗ੍ਰਸਥੀ ਨੂੰ ਉਹਨਾਂ ਨਹੀਂ ਹੈ ਪਰ ਜਿਉ ਕਰੇ ਇਸ ਤਰ੍ਹਾਂ ਗ੍ਰੇਸਟੀ ਨੂੰ ਜਿੰਨੇ ਕੰਮ ਨੇ ਉਹ ਹਾਰ ਕੇ ਸੌਂ ਤਾ ਜਾਂਦਾ ਮੁੱਕਦੇ ਤਾਂ ਨਹੀਂ ਜੀਮੇਦਾਰਾਂ ਨੂੰ ਪੁੱਛੋ ਕੰਮ ਨਵੇੜ ਕੇ ਸੌਣੇ ਹੋ ਕਹਿੰਦੇ ਨਾ ਜੀ ਦਿਨ ਛਿਪਦਾ ਹਾਰ ਕੇ ਤਾਂ ਹਟੀਦਾ ਬਈ ਉਹ ਹਨੇਰਾ ਹੋ ਗਿਆ ਹੁਣ ਛੱਡੀ ਦਈਏ ਲੇਕਿਨ ਕੰਮ ਨਹੀਂ ਮੁੱਕਦਾ ਅਗਲੇ ਵਾਸਤੇ ਦਿਨ ਖੜਾ ਹੁੰਦਾ ਇਸ ਤਰ੍ਹਾਂ ਸਾਧੂ ਨੂੰ ਵੀ ਸਤ ਸੰਗਰੀ ਜਿਹੜਾ ਕੰਮ ਹੈ ਮੁੱਕਣ ਵਾਲੀ ਬਾਤ ਨਹੀਂ ਗੁਰੂ ਨਾਨਕ ਦੇਵ ਜੀ ਨੇ ਕਥਾ ਸੁਣੋ ਪੜੋ ਵਿਚਾਰੋ ਕਿਹੜਾ ਸਮਾਂ ਖੇਡਣਾ ਚ ਬਤੀਤ ਕੀਤਾ ਕਿਹੜਾ ਸਮਾਂ ਮੌਜਾ ਮਾਣਨੀਆ ਕਿ ਦੇਖਿਓ ਤਾਂ ਸਹੀ शन शन ਕਾਲ ਵਿੱਚ ਸਾਤ ਸੁਨੀ ਸੇਸ਼ਟਰੀ ਦਾ ਪਤਾ ਕੀਤਾ ਭਾਈ ਗੁਰਦਾਸ ਨੇ ਫਰਮਾਇਆ ਰੇਤ ਅਕ ਅਹਾਰ ਕਰ ਰੋੜਾਂ ਦੀ ਗੁਰ ਕਰੀ ਬਿਛਾਈ ਇੰਨਾ ਤਪ ਕੀਤਾ ਰੇਤੇ ਦਾ ਫੱਕਾ ਮਾਰ ਲੈਣਾ ਜੇ ਭੁੱਖ ਲੱਗਣੀ ਅੱਕ ਦੀਆਂ ਕੁਕੜੀਆਂ ਖਾ ਲੈਣੀਆਂ ਰਾਤ ਥੱਲੇ ਨੂੰ ਵਿਛਾਈ ਰੋੜਾਂ ਦੀ ਵੀ ਰਾਤ ਨੂੰ ਨੀਂਦ ਨਾ ਆਵੇ ਤਾਂ ਚੰਗਾ ਚੌਂਕੜਾ ਮਾਰ ਕੇ ਬੈਠ ਜਾਣਾ ਇਹ ਤਪ ਦੀ ਗਵਾਹੀ ਭਾਈ ਗੁਰਦਾਸ ਜੀ ਦਿੰਦੇ ਨੇ ਸਤਨ ਜੀ ਜਿਹੜੇ ਅੱਜ ਬਾਣੀ ਲੈਣ ਤੁਰ ਰਹੇ ਨੇ ਵੀ ਮੈਂ ਲਿਉਂਦਾ ਹਾਂ ਗੋੰਦਵਾਲ ਸਾਹਿਬ ਤੋਂ ਉਹਨਾਂ ਦੀ ਬਾਣੀ 'ਚ ਇਹ ਪੰਕਤੀਆਂ ਹਨ ਜਿਉਂ ਅੰਤਲੇ ਹੱਥ ਤੋਂ ਨਹੀਂ ਹਰਨਾਮ ਹਮਾਰੇ ਅੰਦੇ ਨੂੰ ਕਹੀਏ ਨਾ ਕਿਸੇ ਪਾਸੇ ਨੂੰ ਤੁਰ ਉਹ ਕਹੂ ਭਾਈ ਮੇਰਾ ਸੋਟਾ ਫੜਾ ਦਿਓ ਕਿਉਂ ਨੂੰ ਪਤਾ ਵੀ ਮੂਰੇ ਉੱਚਾ ਥਾਉ ਟੋਆ ਹੋ ਸਕਦਾ ਸੋਟੀ ਦੇ ਨਾਲ ਟੋਕੇ ਤੁਰਦਾ ਇਸੇ ਤਰ੍ਹਾਂ ਸਤ ਸੰਗਤ ਜੀ ਆਪਾਂ ਵੀ ਇੱਥੇ ਬੈਠੇ ਹਾਂ ਗੁਰਬਾਣੀ ਤੋਂ ਬਿਨਾ ਆਪਾਂ ਵੀ ਅੰਦੇ ਹਾਂ ਅੰਦੇ ਇਹ ਨਾ ਕਿਉਂ ਜਨਮ ਖਲੋਣ ਨਾ ਹੈ ਅੰਦੇ ਸੇ ਹੀ ਨਾਨਕਾ ਜੇ ਖਸਮੋਂ ਕੁੱਥੇ ਜਾਏ ਆ ਨੇਤਰ ਹਨ ਲੇਕਿਨ ਭਗਤੀ ਦੇ ਰਸਤੇ ਚੱਲਣ ਵਾਸਤੇ ਆਪਾਂ ਨੂੰ ਕੁਝ ਨਹੀਂ ਦਿਸਦਾ ਹਰ ਨਾਮ ਹਮਾਰੇ ਟੋਹਣੀ ਹਰੀ ਦਾ ਨਾਮ ਆਪਣੇ ਕੋਲੇ ਸੋਟੀ ਹੈ ਆਸਰਾ ਹੈ ਗੁਰੂ ਕੀ ਬਾਣੀ ਦੇ ਆਸਰੇ ਸਤ ਸੰਗਿ ਆਪਾਂ ਭਗਤੀ ਦਾ ਲੇਨ ਤੇ ਚੱਲਣਾ ਹੈ ਇੱਥੇ ਕਿਸੇ ਗਿਆਨੀ ਧਿਆਨੀ ਦੀ ਕਿਸੇ ਸੰਤ ਭਗਤ ਦੀ ਕੋਈ ਇੱਥੇ ਸਿਆਣਪ ਨਹੀਂ ਚੱਲਦੀ ਸਤ ਸੰਗਤ ਜੀ ਗੁਰਬਾਣੀ ਉთა ਅਬੰਤ ਹੈ ਤੋ ਆਪ ਜੀ ਸਾਧ ਸੰਗਤ ਜੀ ਜੇ ਮਹਾਰਾਜ ਆ ਗੁਰਬਾਣੀ ਅੰਕਤ ਨਾ ਕਰਦੇ ਭਾਈ ਗੁਰਦਾਸ ਜੈਸੇ ਮਹਾਪੁਰਖ ਆਪਣੀ ਬਾਣੀ ਨਾ ਉਚਾਰਨ ਕਰਦੇ ਅੱਜ ਸਾਧ ਸੰਗਤ ਜੀ ਆਪਣਾ ਤਾਂ ਬਹੁਤ ਹੀ ਬੁਰਾ ਹਾਲ ਹੁੰਦਾ ਦੁਬਾਰਾ ਕਾਲ ਯੁਗ ਦਾ ਘੋਰ ਸਮਾਉਂ ਜਿਵੇਂ ਪ੍ਰਗਟ ਹੋ ਜਾਂਦਾ ਗੁਰਬਾਣੀ ਇਹ ਨੇ ਵੀ ਸਾਧ ਸੰਗਤ ਜੀ ਪ੍ਰਕਾਸ਼ ਰੂਪ ਹੈ ਸੰਸਾਰ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੀ ਜਿਹੜੇ ਤਾਲੇ ਨਹੀਂ ਖੁੱਲ੍ਹੇ ਜੁਗਾ ਜੁਗਾ ਤੋਂ ਤੋ ਤਾਲੇ ਖੋੜ ਕੇ satsangat ji ਤੁਹਾਨੂੰ ਸੱਚੇ ਮਹਿਲ ਦੇ ਦਿਦਾਰੇ ਕਰਾ ਦਿੰਦੀ